ਦੇਖੋ ਗਲੀਆਂ ਨਾਲੀਆਂ ਨਹੀਂ ਜੀ ਬਣਦੀਆਂ ਸਾਡੀਆਂ ਤਾਂ 75 ਸਾਲ ਹੋ ਗਏ ਆਏ ਸਾਲ ਹਰੇਕ। ਮੈਂ ਬਹੁਤ ਸਾਰੇ ਪਿੰਡਾਂ 'ਚ ਗਿਆ, ਲੋਕ ਗਲੀਆਂ ਨਾਲੀਆਂ ਤੱਕ ਹੀ ਕਿਉਂ ਸੀਮਤ ਰਹਿ ਗਏ ਨੇ? ਸੀਮਤ ਰਹਿ ਗਏ ਨਾ, ਇਹ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ। ਜਿਹੜਾ ਕੋਈ ਨਵਾਂ MLA ਬਣਦਾ 5 ਸਾਲ ਲਾਉਂਦਾ, ਪੈਸੇ ਦਿੰਦੇ ਆ, ਕਿੱਥੇ ਜਾਂਦੇ ਪਤਾ ਹੀ ਨਹੀਂ। ਸਾਡੇ ਪਿੰਡ ਨੂੰ ਪੁੱਛ ਲਓ, ਇੱਕ ਕਾਗਜ਼ ਕਢਾ ਕੇ ਦੇਖ ਲਓ, ਚੰਗੇ ਪੈਸੇ ਆਏ ਹੋਣਗੇ, ਪਰ ਬੁਰਾ ਹਾਲ ਆ ਕੇ ਦੇਖੋ ਸਾਡੇ ਪਿੰਡ ਦਾ ਕੀ ਹੋਇਆ ਹੋਇਆ। ਅਸੀਂ, ਮੈਂ ਫਰੀਡਮ ਫਾਈਟਰ ਪਰਿਵਾਰ ਨਾਲ ਸੰਬੰਧ ਰੱਖਦਾ, ਮੈਂ ਫਰੀਡਮ ਫਾਈਟਰ ਪਰਿਵਾਰ ਦਾ, ਮੇਰੇ ਦਾਦਾ ਜੀ ਹੈ, ਮੈਂ ਪੁੱਤ ਹੈ ਉਹਨਾਂ ਦਾ। ਕੀ ਦਿੱਤਾ ਇਹਨਾਂ ਨੇ ਫਰੀਡਮ ਫਾਈਟਰਾਂ ਨੂੰ? ਆਜ਼ਾਦੀ ਲੈ ਕੇ ਇਹਨਾਂ ਨੂੰ ਦੇ ਦਿੱਤੀ ਅਸੀਂ, ਜੁੱਤੀਆਂ ਖਾਣ ਨੂੰ ਅਸੀਂ ਮੰਗ 'ਤੇ ਬਣਾ ਕੇ ਇਹਨਾਂ ਨੇ ਸਾਨੂੰ ਰੱਖਤਾ। ਇਹਦੇ ਨਾਲ ਤਾਂ ਜਦ ਅਸੀਂ ਜਾ ਕੇ ਕੈਨੇਡਾ ਦੇ ਵਿੱਚ ਕੰਮ ਕਰਨਾ, ਹੁਣ ਸਾਡੇ ਬੱਚੇ ਕੈਨੇਡਾ ਗਏ ਹੋਏ ਆ, ਸਾਨੂੰ ਲੋੜ ਹੀ ਨਹੀਂ ਸੀ ਇੱਥੇ ਤਾਂ ਅੰਗਰੇਜ਼ ਭਜਾਉਣ ਦੀ, ਕੀ ਲੋੜ ਤੀ? ਆਪ ਇਹ ਬੈਠਿਆ ਅਡਾਨੀਆਂ ਅੰਬਾਨੀਆਂ ਨੂੰ ਦੇ ਦਿੱਤਾ ਇਹਨਾਂ ਨੇ ਕਰਤਾ, 25,000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰਤਾ। ਸਰਕਾਰਾਂ ਨੂੰ ਨੌਕਰੀਆਂ ਪੈਦਾ ਕਰਨੀਆਂ ਚਾਹੀਦੀਆਂ, ਜਾਂ ਤਾਂ ਜੋ ਜਿਹੜੀ ਜਵਾਨੀ ਜਿਹੜੀ ਬਾਹਰ ਜਾ ਰਹੀ ਹੈ। ਬੇਟੀ ਨੇ IT ਮਾਸਟਰ IT ਕਰੀ ਹੈ, ਉਹਨੂੰ ਨੌਕਰੀ ਮਿਲੀ 5,000 ਰੁਪਏ ਦੀ, 20 ਲੱਖ ਰੁਪਇਆ ਖਰਚਾ ਆਇਆ ਪੜ੍ਹਾਈ ਪਰ, ਹਾਰ ਕੇ ਬਾਹਰ ਭੇਜੀ ਹੈ। ਅਸੀਂ ਕਿਆ ਕਰਨਾ ਹੈ ਸਰਕਾਰਾਂ ਨੂੰ? ਲੱਗਦਾ ਕਿ ਲੋਕ ਨੇ ਸਿਰਫ ਇਹ ਵੋਟਾਂ ਵੇਲੇ ਜ਼ਰੂਰ ਲੀਡਰ ਥੋੜ੍ਹਾ ਜਿਹਾ ਪਿੱਛੇ ਰਹਿੰਦੇ ਨੇ ਲੋਕਾਂ ਦੇ, ਬਾਕੀ 4.5 ਸਾਲ ਫਿਰ ਲੋਕ ਪਿੱਛੇ ਰਹਿੰਦੇ ਨੇ ਲੀਡਰਾਂ ਦੇ। 4.5 ਸਾਲ 'ਚ ਚਲੋ ਅਸੀਂ ਤਾਂ ਸਾਡੇ ਪਿੱਛੇ ਫਿਰੇ ਤਾਂ ਅਸੀਂ ਵੋਟਾਂ ਪਾਉਂਦੇ, ਸਾਡਾ ਤਾਂ ਕੋਈ ਕੰਮ ਹੀ ਨਹੀਂ ਕਰਦੇ। 4.5 ਸਾਲ ਬਾਅਦ ਤੋਂ ਵੀ ਸਭ ਤਾਂ ਅੰਦਰ ਨਹੀਂ ਬਣ ਦਿੰਦੇ, ਇਹ ਜਿੱਕਣਾ ਇਹਨਾਂ ਨੂੰ ਡਰ ਲੱਗਦਾ ਹੁੰਦਾ ਸਾ 'ਤੇ। ਆਜ਼ਾਦੀ ਦੇ ਵਿੱਚ ਅਸੀਂ 95% ਸਿੱਖਾਂ ਨੇ ਕੁਰਬਾਨੀਆਂ ਕਰੀਆਂ ਹੋਈਆਂ। ਸਾਡਾ ਕੋਟਾ ਕਿੰਨਾ? 1%। ਨੌਕਰੀ 1 ਬੰਦੇ ਨੂੰ 100 'ਚੋਂ, ਲੜਾਈ ਲੜਨ ਨੂੰ ਅਸੀਂ 100 'ਚੋਂ 95 ਹੈ। ਜਦ ਕੋਈ ਦੇਸ਼ ਨੂੰ ਭੀੜ ਪੈਂਦੀ ਹੈ, ਇਹ ਫਿਰ ਕਹਿੰਦੇ ਆ ਵੀ ਆ ਜਾਓ ਹੁਣ ਫਿਰ ਕੇਸਰੀ ਝੰਡੇ ਲੈ ਕੇ, ਊਂ ਸਾਨੂੰ ਅੱਤਵਾਦੀ ਦੱਸਦੇ ਆ ਇਹ। ਦੱਸੋ ਕਿਹੜਾ ਸਾਡੇ 'ਚੋਂ ਅੱਤਵਾਦੀ? ਅਸੀਂ ਤਾਂ ਖੇਤਾਂ 'ਚ ਤਾਂ ਸਾਡਾ ਦਮ ਟੁੱਟਿਆ ਪਿਆ, ਕੰਮ ਕਰਦੇ ਹਾਂ ਦਿਨ ਰਾਤ ਸਾਲਾ, ਸਾਨੂੰ ਤਾਂ ਸੌਣ ਦਾ ਟਾਈਮ ਨਹੀਂ ਮਿਲਦਾ। ਅਸੀਂ ਕਿਹਨੂੰ ਮਾਰਨਾ, ਕਿਹਦੇ ਨਾਲ ਲੜਨਾ? ਅਸੀਂ ਜਾ ਕੇ ਸਾਡਾ ਤਾਂ ਆਪਣਾ ਹੀ ਨਹੀਂ ਕੰਮ ਹੁੰਦਾ। ਕਿਹੜਾ ਹੋ ਰਿਹਾ ਲੋਕਾਂ ਨਾਲ? ਮੈਂ ਕਹਿੰਦਾ ਅੰਤੇ ਕੋਈ ਨਹੀਂ, ਹਰੇਕ ਬੰਦਾ ਜਿਹੜਾ ਦੇਖ ਲਓ, ਜੇ ਕੋਈ ਮਾੜਾ ਜਿਹਾ ਬੋਲੂਗਾ ਉਹਨੂੰ ਜਦੇ ਫੜ ਕੇ ਅੰਦਰ ਕਰ ਦਿੰਦੇ ਹਾਂ। ਡੈਮੋਕ੍ਰੇਸੀ ਦਾ ਦਾਅਵਾ ਕੀਤਾ ਜਾਂਦਾ, ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਬੋਲਣ ਦਾ ਅਧਿਕਾਰ ਹੁੰਦਾ। ਬੋਲਣ ਦਾ ਅਧਿਕਾਰ ਤਾਂ ਹੈਗਾ, ਜਿਹੜਾ ਕੋਈ ਜ਼ਿਆਦਾ ਬੋਲੂਗਾ ਉਹਨੂੰ ਫੜਨਗੇ। ਤੁਹਾਡੇ ਸਾਹਮਣੇ ਹੀ ਕਿੰਨਾ ਕੁਛ ਹੋ ਰਿਹਾ, ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਤਾਂ ਆਪ ਖੁਦ ਪੱਤਰਕਾਰਾਂ ਹਰੇਕ ਥਾਂ ਜਾਂਦੇ ਆ। ਮੋਦੀ ਸਾਹਿਬ ਕਹਿੰਦਾ 15 ਲੱਖ ਆਊਗਾ, ਕਿੱਥੇ ਗਿਆ 15 ਲੱਖ? ਕਿਸਾਨਾਂ ਦੀ ਵੀ ਗੱਲ ਕਰਦੇ ਨਾਲ, ਕਹਿੰਦੇ ਕਿਸਾਨਾਂ ਨੂੰ 6,000 ਰੁਪਇਆ ਪ੍ਰਤੀ ਮਹੀਨਾ, 2,000 ਰੁਪਏ ਕਿਸਾਨ ਕ੍ਰੈਡਿਟ ਕਾਰਡ, 6,000 ਪ੍ਰਤੀ ਮਹੀਨਾ ਦਿੰਦੇ, 1,000 ਤਿੰਨ ਮਹੀਨੇ ਵੱਧ ਦਿੰਦੇ ਆ ਇਹ। ਉਹ ਤਿੰਨ ਜਿਹੜਾ 2,000 ਦਿੰਦੇ ਆ, 2,000 ਰੁਪਇਆ ਤਾਂ ਇੱਕ ਦਿਨ 'ਚ ਯਾਰ ਨੌਕਰ ਲੈ ਜਾਂਦਾ, ਬਾਕੀ ਤਾਂ 99 ਕਿੱਥੇ ਤੋਂ ਖਾਈਏ 99 ਦਿਨ? ਇਹ 2,000 ਰੁਪਏ ਨਾਲ ਕੰਮ ਚੱਲਦੇ ਹੁੰਦੇ ਆ। ਇਹ ਸਰਕਾਰਾਂ ਨੂੰ ਪੁੱਛਣਾ ਵੀ ਅਡਾਨੀਆਂ ਅਡਮੂਨੀਆਂ ਨੂੰ ਇਹ 2,000 ਰੁਪਏ ਦਿੰਦਾ, ਉਹਨਾਂ ਦਾ 25,000 ਕਰੋੜ ਰੁਪਇਆ ਕਰਜ਼ਾ ਮਾਫ਼ ਕਰਤਾ ਇਹਨੇ। ਸਾਡਾ ਇੰਨਾ ਦਾ ਸਾਰੇ ਪੰਜਾਬ ਦਾ ਕਰਜ਼ਾ ਨਹੀਂ ਹੈਗਾ ਜਿੰਨਾ ਉਹਨੇ ਇਕੱਲੇ ਦਾ ਮਾਫ਼ ਕਰਤਾ। MSP ਦੀ ਗੱਲ ਕਰਦੇ ਨੇ ਬਾਈ ਜੀ, MSP ਤਾਂ ਹੁਣ ਐਤਕੀ BJP ਨੇ ਵੀ ਆਪਣੇ ਮੈਨੀਫੈਸਟੋ 'ਚ ਕਿਹਾ MSP ਅਸੀਂ ਦੇ ਰਹੇ ਹਾਂ ਪੂਰੇ ਤੌਰ 'ਤੇ। ਕਿਸਾਨਾਂ ਨੂੰ ਇੱਕ ਕਿਸਾਨ ਕ੍ਰੈਡਿਟ ਕਾਰਡ ਲਿਮਿਟ ਬਣਾ ਕੇ ਦਿੱਤੀ ਹੋਈ ਆ ਤਾਂ ਜੋ ਉਹਨਾਂ ਨੂੰ ਵਰਤ ਸਕਣ। MSP ਤਾਂ ਮਿਲ ਰਹੀ ਹੈ ਜੀ ਹੁਣ, ਪਰ 2 ਫਸਲਾਂ ਪਰ ਮਿਲਦੀ ਆ, ਹੋਰ ਪਰ ਨਹੀਂ ਮਿਲਦੀ ਹੈਗੀ।